ਸਤਿ ਸ਼੍ਰੀ ਅਕਾਲ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੈ ਕੇ ਹਾਸਲ ਆਂ ਖਬਰ ਪੜਤਾਲ ਬੀਤੇ ਦਿਨੀ ਉਸ ਯੋਧੇ ਦਾ ਸ਼ਹੀਦੀ ਦਿਹਾੜਾ ਨਿਕਲਿਆ ਹੈ ਜਿਸ ਯੋਧੇ ਨੂੰ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਮੰਨਿਆ ਜਾਂਦਾ ਹੈ 19 ਸਾਲਾਂ ਦੀ ਉਮਰ ਦੀ ਵਿੱਚ ਦੇਸ਼ ਕੌਮ ਦੀ ਲਈ ਸ਼ਹਾਦਤ ਦੇਣ ਵਾਲਾ ਉਹ ਯੋਧਾ ਸੀ ਕਰਤਾਰ ਸਿੰਘ ਸਰਾਪਾ ਜਿਸ ਨੂੰ ਪੰਜਾਬੀ ਪੱਤਰਕਾਰੀ ਦੇ ਵਿੱਚ ਪਿਤਾਮਾ ਵੀ ਕਿਹਾ ਜਾਂਦਾ ਹੈ ਕਿਉਂਕਿ ਪੰਜਾਬ ਦੀ ਪੱਤਰਕਾਰੀ ਜਾਂ ਪੰਜਾਬੀ ਪੱਤਰਕਾਰੀ ਨੂੰ ਇੱਕ ਵੱਖਰਾ ਰੂਪ ਦੇਣ ਦੇ ਲਈ ਗੱਦ ਅਖਬਾਰ ਦਾ ਵੀ ਬਹੁਤ ਵੱਡਾ ਇਤਿਹਾਸ ਰਿਹਾ ਹੈ ਸੋ ਖਬਰ ਦੀ ਪੜਤਾਲ ਦੇ ਵਲ ਵੀ ਵਧਾਂਗੇ ਪਹਿਲਾਂ ਕਰਤਾਰ ਸਿੰਘ ਸਰਾਬਾ ਹੋਣ ਦੀ ਜੀਵਨੀ ਤੇ ਜ਼ਰੂਰ ਨਜ਼ਰ ਮਾਰਾਂਗੇ ਦਲਾਸਾਪ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਕਰਤਾਰ ਸਿੰਘ ਸਰਾਬਾ ਆ ਬਹੁਤ ਛੋਟੀ ਉਮਰ ਦਾ ਸ਼ਹੀਦ ਸੀ 19 ਸਾਲ ਦਾ ਸ਼ਹੀਦ ਸੀ ਕਰਤਾਰ ਸਿੰਘ ਸਰਾਬਾ ਸੋ ਸਰਾਬੇ ਸਰਾਬੇ ਪਿੰਡ ਦੇ ਵਿੱਚ ਕਰਤਾਰ ਸਿੰਘ ਸਰਾਬਾ ਦਾ ਜੱਦੀ ਘਰ ਵੀ ਹੈ ਮੈਂ ਕਈ ਵਾਰ ਕਰਤਾਰ ਸਿੰਘ ਸਰਾਬਾ ਦੇ ਘਰ ਗਿਆ ਔਰ ਗगन ਮੈਂ ਤੁਹਾਨੂੰ ਬਹੁਤ ਪਿੱਛੇ ਲੈ ਕੇ ਜਾਣਾ ਜੀ ਗੱਲ 1997 98 99 ਦੀ ਵੀ ਹੈ ਜਦੋਂ ਵੱਡੀਆਂ-ਵੱਡੀਆਂ ਗੱਲਾਂ ਹੋ ਰਹੀਆਂ ਸੀ ਕਰਤਾਰ ਸਿੰਘ ਸਰਾਬੇ ਜਾਂ ਸ਼ਹੀਦਾਂ ਦੀਆਂ ਦੇ ਪਰਿਵਾਰਾਂ ਨੂੰ ਸਾਂਭਣ ਦੀਆਂ ਉਹਨਾਂ ਦੇ ਉਹਨਾਂ ਦੇ ਘਰਾਂ ਨੂੰ ਯਾਦਗਾਰ ਬਣਾਉਣ ਦੀਆਂ ਉਹਨਾਂ ਦਿਨਾਂ ਦੇ ਵਿੱਚ 97 98 99 2000 ਉਹਨਾਂ ਦਿਨਾਂ ਦੇ ਵਿੱਚ ਸਾਡੇ ਬਹੁਤ ਸਾਰੇ ਸ਼ਹੀਦ ਸੀ ਉਹਨਾਂ ਦੇ ਜਿਹੜੇ ਵਿਰਾਸਤ ਹੀ ਕਰ ਸੀ ਬੜੀ ਖਸਤਾ ਹਾਲਤ ਸੀ ਜੀ ਉਦੋਂ ਮੀਡੀਆ ਦੇ ਵਿੱਚ ਇੱਕ ਲਹਿਰ ਆਈ ਸੀ ਮੈਂ ਵੀ ਬਹੁਤ ਆਪਣੇ ਵੱਲੋਂ ਯੋਗਦਾਨ ਉਹ ਦੋ ਅਖਬਾਰਾਂ 'ਚ ਲਿਖਿਆ ਕਰਤਾਰ ਸਿੰਘ ਸਰਾਬੇ ਦੀ ਵੀ ਮੈਂ ਲਿਖਿਆ ਕਿ ਕਿਵੇਂ ਕਰਤਾਰ ਸਿੰਘ ਸਰਾਭਾ ਦਾ ਘਰ ਖੰਡਰ ਬਣਿਆ ਹੋਇਆ ਜੀ ਅੱਜ ਮੇਰੇ ਕੋਲੇ ਤਸਵੀਰ ਕਿਸੇ ਦਿਨ ਅਸੀਂ ਜ਼ਰੂਰ ਸਾਂਝੀ ਕਰਾਂਗੇ ਕਿ ਕਿਵੇਂ ਉਸ ਵੇਲੇ ਕਰਤਾਰ ਸਿੰਘ ਸਰਾਭਾ ਉਹਦੀ ਤਸਵੀਰ ਘਰ ਦੇ ਅੰਦਰ ਪਈ ਸੀ ਕਰਤਾਰ ਸਿੰਘ ਸਰਾਭਾ ਦੀ ਔਰ ਖੰਡਰ ਘਰ ਦੇ ਵਿੱਚ ਗ੍ਰਿਲਾਂ ਲੱਗੀਆਂ ਹੋਈਆਂ ਸੀ ਤੇ ਉਦੋਂ ਮੈਂ ਇੱਕ ਅਖਬਾਰ 'ਚ ਮੇਰਾ ਆਰਟੀਕਲ ਵੀ ਛਪਿਆ ਸੀ ਕਿ ਸ਼ਹੀਦ ਅੱਜ ਵੀ ਜੇਲ੍ਹ 'ਚ ਹੈ ਜੀ ਕਰਤਾਰ ਸਿੰਘ ਸਰਾਭਾ ਮਤਲਬ ਕਰਤਾਰ ਸਿੰਘ ਸਰਾਭਾ ਦੇ ਘਰ ਦੀ ਬਾਹਰਲੀ ਤਾਕੀ ਜਿਹਦੇ ਤੇ ਜਾਲੀ ਦੀਆਂ ਸਲਾਕਾਂ ਲੱਗੀਆਂ ਸੀ ਤੇ ਅੰਦਰ ਕਰਤਾਰ ਸਿੰਘ ਸਰਾਬੇ ਦੀ ਤਸਵੀਰ ਪਈ ਸੀ ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਸਰਾਬਾ ਉਸ ਵੇਲੇ ਵੀ ਜੇਲ੍ਹ 'ਚ ਹੈ ਭਾਵ ਕਿ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਸ਼ਹੀਦ ਅਸੀਂ ਉਹਨਾਂ ਦੇ ਘਰ ਨਹੀਂ ਸਾਂਭ ਸਕੇ ਜੀ ਸੋ ਅਸੀਂ ਅਗਰ ਉਹਨਾਂ ਦੀਆਂ ਯਾਦਗਾਰਾਂ ਤਸਵੀਰਾਂ ਲਾਈਏ ਤੇ ਘੱਟੋ ਘੱਟ ਉਹਨਾਂ ਦੇ ਘਰ ਚੰਗੀ ਤਰ੍ਹਾਂ ਉਸਰੇ ਹੋਣ ਸੋ ਉਸ ਤੋਂ ਬਾਅਦ ਸਮੇਂ-ਸਮੇਂ ਤੇ ਹੋਰ ਵੀ ਬਹੁਤ ਸਾਰੇ ਪੱਤਰਕਾਰਾਂ ਨੇ ਕਰਤਾਰ ਸਿੰਘ ਸਰਾਬੇ ਦੀ ਇਹ ਗੱਲ ਚੱਕੀ ਕਿ ਉਸ ਦੇ ਘਰ ਨੂੰ ਯਾਦਗਾਰ ਬਣਾਇਆ ਜਾਣਾ ਚਾਹੀਦਾ ਹੈ ਉਸ ਤੋਂ ਬਾਅਦ ਫਿਰ ਇਹ سلسلہ ਜਿਹੜਾ ਸ਼ੁਰੂ ਹੋਇਆ ਔਰ ਸਾਡਾ ਬਹੁਤ ਪੰਜਾਬੀ ਦਾ ਪ੍ਰਸਿੱਧ ਅਖਬਾਰ ਹੈ ਦੇਸ਼ ਸੇਵਕ ਜੀ ਦੇਸ਼ ਸੇਵਕ ਦੇ ਵਿੱਚ ਵੀ ਉਸ ਵਕਤ ਬਹੁਤ ਖਬਰਾਂ ਛਪੀਆਂ ਕਿ ਜਿਹੜੇ ਸਾਡੇ ਸ਼ਹੀਦ ਨੇ ਉਹਨਾਂ ਦੀਆਂ ਯਾਦਗਾਰਾਂ ਨੂੰ ਸਾਂਭਿਆ ਜਾਵੇ ਔਰ ਕਰਤਾਰ ਸਿੰਘ ਸਰਾਭਾ ਦੇ ਪਰਿਵਾਰ ਨੂੰ ਮਾਫ ਕਰਨਾ ਉਹਨਾਂ ਦੇ ਘਰ ਨੂੰ ਉਹਨੂੰ ਵੀ ਸਾਂਭਿਆ ਜਾਵੇ ਸਾਡੀਆਂ ਬੜੀਆਂ ਅਨਮੁੱਲ ਵਿਰਾਸਤਾਂ ਨੇ ਜਿਹੜੀਆਂ ਦੁਬਾਰਾ ਸਾਨੂੰ ਇਤਿਹਾਸ ਦੇ ਵਿੱਚ ਨਹੀਂ ਮਿਲਣਗੀਆਂ ਸੋ ਸਮੇਂ-ਸਮੇਂ ਤੇ ਸ਼ਹੀਦਾਂ ਦੇ ਘਰਾਂ ਨੂੰ ਸਾਂਭਿਆ ਗਿਆ ਸੋ ਕਰਤਾਰ ਸਿੰਘ ਸਰਾਭਾ ਨਿਸ਼ਚਿਤ ਤੌਰ ਦੇ ਉੱਤੇ ਬਹੁਤ ਇੱਕ ਪ੍ਰਸਿੱਧ ਸਾਡੇ ਸਾਰਿਆਂ ਦੇ ਵਿੱਚ ਹੈ ਜੀ ਔਰ ਉਹਨਾਂ ਨੇ ਛੋਟੀ ਜੀ ਉਮਰ ਦੇ ਵਿੱਚ ਜਿਹੜਾ ਹੈਗਾ ਇੰਨਾ ਕੰਮ ਕੀਤਾ ਪੱਤਰਕਾਰੀ ਵੀ ਕੀਤੀ ਸੋ ਜਿਵੇਂ ਭਗਤ ਸਿੰਘ ਵੀ ਪੱਤਰਕਾਰ ਸੀ ਕਰਤਾਰ ਸਿੰਘ ਸਰਾਭਾ ਵੀ ਪੱਤਰਕਾਰ ਸੀ ਉਦੋਂ ਕ੍ਰਾਂਤੀਕਾਰੀ ਲੇਖ ਲਿਖਣੇ ਔਰ ਨੌਜਵਾਨਾਂ ਦੇ ਵਿੱਚ ਦੇਸ਼ ਦੀ ਆਜ਼ਾਦੀ ਲਈ ਜਜ਼ਬਾ ਭਰਿਆ ਇਹਨਾਂ ਸਾਰੇ ਨੌਜਵਾਨਾਂ ਨੇ ਸੋ ਇਹਨਾਂ ਨੂੰ ਬਹੁਤ ਸਾਡਾ ਸਲੂਟ ਹੈ ਔਰ ਹਰ ਭਾਰਤ ਵਾਸੀ ਹੈ ਜਿਹੜਾ ਉਹ ਇਹਨਾਂ ਦਾ ਬਹੁਤ ਵੱਡਾ ਕਰਜ਼ਦਾਰ ਹੈ ਔਰ ਹਮੇਸ਼ਾ ਹੀ ਸਾਰੇ ਸ਼ਹੀਦ ਆ ਜਿਹੜੇ ਇਹ ਸਾਡੇ ਐਂ ਯਾਦ ਕੀਤੇ ਜਾਂਦੇ ਰਹਿਣਗੇ ਬਿਲਕੁਲ ਸੋ ਕਰਤਾਰ ਸਿੰਘ ਸਰਾਭਾ ਹੋਣਾਂ ਦਾ ਇਹ ਲਾਈਨਾਂ ਕਹੀਆਂ ਹੋਈਆਂ ਸੀ ਕਿ ਖਾਤਰ ਵਤਨ ਦੀ ਲੱਗੇ ਹਾਂ ਚੜਨ ਫਾਂਸੀ ਸਾਨੂੰ ਵੇਖ ਕੇ ਨਾ ਘਬਰਾ ਜਾਣਾ ਦੇਸ਼ ਵਾਸੀਓ ਚਮਕਣਾ ਚੰਦ ਵਾਂਗੂ ਕਿਤੇ ਬੱਦਲਾਂ ਹੇਠ ਨਾ ਜਾਣਾ ਸੋ ਅੱਜ ਦੇ ਦੌਰ ਦੇ ਵਿੱਚ ਲੱਗਦਾ ਹੈ ਕਿ ਸਾਡੀ ਜਨਤਾ ਨੂੰ ਜ਼ਰੂਰ ਉਹਨਾਂ ਦੀ ਯਾਦ ਆਉਂਦੀ ਹੈ ਕਿਉਂਕਿ ਜੋ ਹਾਲਾਤ ਕਈ ਵਾਰ ਸਿਆਸੀ ਤੌਰ ਦੇ ਉੱਤੇ ਬਣ ਜਾਂਦੇ ਨੇ ਤਾਂ ਕਿਰਤਨ ਕਿਤੇ ਉਹਨਾਂ ਯੋਧਿਆਂ ਦੀ ਯਾਦ ਜ਼ਰੂਰ ਆਉਂਦੀ ਹੈ। ਬਿਲਕੁਲ ਸਹੀ। ਤੇ ਹੁਣ ਮੈਂ ਕਈ ਵਾਰੀ ਕਹਿਣਾ ਹੁੰਦਾ ਕਿ ਅਗਰ ਭਗਤ ਸਿੰਘ ਹੁੰਦਾ, ਕਰਤਾਰ ਸਿੰਘ ਸਰਾਭਾ ਹੁੰਦਾ, ਸਾਡੇ ਹੋਰ ਸ਼ਹੀਦ ਹੁੰਦੇ ਅੱਜ ਦੇ ਸਮੇਂ ਤੇ ਉਹਨਾਂ ਨੂੰ ਅਫਸੋਸ ਜ਼ਰੂਰ ਹੋਣਾ ਸੀ ਕਿਉਂਕਿ ਸਮਾਜਿਕ ਪ੍ਰਬੰਧ ਅਜੇ ਹਾਂ ਨਹੀਂ ਸਿਚਾਉਂਦੇ ਸਾਡੇ ਸ਼ਹੀਦ। ਉਹ ਇੱਕ ਬਹੁਤ ਬਰਾਬਰ ਸੰਤੁਲਨ ਸੰਤੁਲਨ ਦੇਖਣਾ ਚਾਹੁੰਦੇ ਸੀ ਸਮਾਜਿਕ ਸੰਤੁਲਨ ਦੇਖਣਾ ਚਾਹੁੰਦੇ ਸੀ ਕਿ ਇੱਕ ਸਮਾਜਿਕ ਬਰਾਬਰੀਤਾ ਹੋਵੇ ਸਾਡੇ ਮੁਲਕ ਦੇ ਵਿੱਚ ਔਰ ਕਿਸੇ ਤਰ੍ਹਾਂ ਦਾ ਕੋਈ 파ੜਾ ਸਾਡੇ ਸਮਾਜ 'ਚ ਨਾ ਹੋਵੇ ਸੋ ਜੁਜਾਰੂ ਸ਼ਹੀਦ ਹੋਏ ਸੀ ਸੋ ਸਾਨੂੰ ਹੁਣ ਵੀ ਅਜਿਹੇ ਸ਼ਹੀਦਾਂ ਦੀ ਲੋੜ ਹੈ ਗਗਨ ਬਿਲਕੁਲ ਜੀ ਜਾਂ ਅਜਿਹੇ ਲੀਡਰਾਂ ਦੀ ਲੋੜ ਹੈ ਜਿਹੜੇ ਉਹਨਾਂ ਸ਼ਹੀਦਾਂ ਦੇ ਵਾਂਗ ਅਗਵਾਈ ਕਰਨ ਸਾਡੇ ਹੁਣ ਵੀ ਮੈਨੂੰ ਕਈ ਲੀਡਰ ਸਾਡੇ ਪੰਜਾਬ 'ਚ ਹੈਗੇ ਆ ਜੀ ਉਹਨਾਂ ਦੇ ਵਿੱਚੋਂ ਮੈਨੂੰ ਪ੍ਰਤੀਬੰਧ ਦਿਖਦਾ ਸਾਡੇ ਭਗਤ ਸਿੰਘ ਦਾ ਕਰਤਾਰ ਸਿੰਘ ਸਰਾਭੇ ਦਾ ਸ਼ਹੀਦ ਉਦਮ ਸਿੰਘ ਦਾ ਚੰਦਰ ਸ਼ੇਖਰ ਆਜ਼ਾਦ ਦਾ ਸੋ ਪਰ ਉਹ ਜਦੋਂ ਜਹਦ ਕਰਦੇ ਰਹੇ ਜਦੋਂ ਜਹਦ ਕਰਦੇ ਰਹੇ ਨਾ ਦੇਖੋ ਸਾਡੇ ਜਿਹੜੇ ਉਸ ਵੇਲੇ ਦੇ ਸ਼ਹੀਦ ਸੀ ਉਹਨਾਂ ਦੀ ਲੜਾਈ ਸੀ ਕਿਉਂਕਿ ਅਸੀਂ ਸਾਡੇ ਸਾਡੇ ਮੁਲਕ ਤੇ ਕਬਜ਼ਾ ਸੀ ਜੀ ਸਾਡੀ ਲੜਾਈ ਉਹਨਾਂ ਲੋਕਾਂ ਤੇ ਸੀ ਜਿਨ੍ਹਾਂ ਨੇ ਜ਼ਬਰਦਸਤੀ ਸਾਡੇ ਤੇ ਕਬਜ਼ਾ ਕੀਤਾ ਸੀ ਤੇ ਸਾਡੇ ਹੁਣ ਵਾਲੇ ਜਿਹੜੇ ਮੈਨੂੰ ਦਿਖਦੇ ਨੇ ਸਾਡੇ ਦੇਸ਼ ਭਗਤ ਮੈਂ ਪਹਿਲਾਂ ਸ਼ਹੀਦ ਕਹਿ ਗਿਆ ਮਾਫ ਕਰਨਾ ਜਿਹੜੇ ਹੁਣ ਵਾਲੇ ਦੇਸ਼ ਭਗਤ ਲੀਡਰ ਨੇ ਉਹਨਾਂ ਦੀ ਲੜਾਈ ਹੈ ਬੁਰਾਈਆਂ ਦੇ ਨਾਲ ਨਸ਼ੇ ਦੇ ਨਾਲ ਬੇਰੋਜ਼ਗਾਰੀ ਦੇ ਨਾਲ ਸਮਾਜਿਕ ਅਸੰਤੁਲਨ ਦੇ ਨਾਲ ਉਹ ਲੜਾਈ ਉਹ ਚੰਗੀ ਤਰ੍ਹਾਂ ਜਿੱਤਣ ਹੁਣ ਪੰਜਾਬ ਦੀ ਸਿਆਸਤ ਦੇ ਵੱਲ ਰੁਖ ਕਰਦੇ ਆਂ ਡਲਾਜੀ ਅੱਜ ਸਿਮਰਜੀਤ ਬੈਂਸ ਹੋਣਾ ਦੇ ਵੱਲੋਂ ਅਧਿਕਾਰ ਯਾਤਰਾ ਦੀ ਆਰੰਭਤਾ ਕੀਤੀ ਗਈ ਹੈ ਕਹਿੰਦੇ ਕਿ ਹਾਦੀ ਵਿੱਚ ਪਾਣੀ ਲੈ ਕੇ ਹਰੀਕੇ ਪੱਤਣ ਦੇ ਵਿੱਚੋਂ ਤੇ ਉਹਨਾਂ ਨੇ ਸੌਂਹ ਵੀ ਚੁੱਕੀ ਹੈ ਕਿ ਪੰਜਾਬ ਦੇ ਪਾਣੀਆਂ ਦਾ ਮੁੱਲ ਲੈ ਕੇ ਰ੍ਹਾਂਗੇ ਕਿਸ ਤਰ੍ਹਾਂ ਵੇਖ ਰਿਹਾ ਹਾਂ ਇਸ ਅਧਿਕਾਰ ਯਾਤਰਾ ਨੂੰ ਦੇਖੋ ਇੱਕ ਤਾਂ ਗੱਲ ਬਹੁਤ ਸਪਸ਼ਟ ਹੈ ਕਿ ਇਹ ਮੁੱਦਾ ਚੰਗਾ ਹੈ ਸਿਮਰਜੀਤ ਬੈਂਸ ਹੋਣੀ ਜਿਹਦੇ ਤੇ ਲਗਾਤਾਰ ਲੰਗੇ ਹੋਏ ਨੇ ਪਹਿਲਾਂ ਵੀ ਲਗਾਤਾਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਇੱਕ ਵਾਰੀ ਤਾਂ ਦੂਸਰੇ ਸੂਬਿਆਂ ਤੋਂ ਰਾਇਲਟੀ ਵਸੂਲਣ ਲਈ ਮਤਾ ਵੀ ਪਾਸ ਹੋ ਗਿਆ ਸੀ ਜੀ ਬਾਦਲ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਰਕਾਰ ਸੀ 2017 ਦੀਆਂ ਚੋਣਾਂ ਤੋਂ ਪਹਿਲਾਂ ਇਹ ਮਤਾ ਵੀ ਪਾਸ ਹੋ ਗਿਆ ਸੀ ਵਿਧਾਨ ਸਭਾ 'ਚ ਕਿ ਅਸੀਂ ਦੂਜੇ ਸੂਬਿਆਂ ਤੋਂ ਬਿੱਲ ਵਸੂਲਾਂਗੇ ਕਿਸੇ ਸੂਬੇ ਨੇ ਹਾਂ ਵੀ ਨਹੀਂ ਭਰੀ ਬਿੱਲ ਦੇਣ ਬਾਰੇ ਔਰ ਸਾਡੀ ਉਸ ਤੋਂ ਬਾਅਦ ਕੈਪਟਨ ਮਰਿੰਦਰਜੀਤ ਸਰਕਾਰ ਹੈ ਇਹਨਾਂ ਵੱਲੋਂ ਵੀ ਕੋਈ ਬਹੁਤ ਜ਼ਿਆਦਾ ਯਤਨ ਨਹੀਂ ਹੋਏ ਕਿ ਅਸੀਂ ਉਹ ਮਤਾ ਹੈ ਅਸੀਂ ਕੋਈ ਕਾਨੂੰਨ ਬਣਾ ਲਈਏ ਅਸੀਂ ਦੂਜੇ ਸੂਬਿਆਂ ਨੂੰ ਬਿੱਲ ਭੇਜੀਏ ਉਸ ਪਾਸੇ ਜ਼ਿਆਦਾ ਕੰਮ ਨਹੀਂ ਹੋਇਆ ਪਰ ਜਿਹੜੀ ਗੱਲ ਬੈਂਚਸ ਭਰਾ ਕਰ ਰਹੇ ਨੇ ਉਹ ਗੱਲ ਅਗਰ ਵਿਧਾਨ ਸਭਾ ਚ ਵਿਚਾਰੀ ਜਾਵੇ ਵੱਡੇ ਪੱਧਰ ਤੇ ਔਰ ਉਹਦੇ ਤੇ ਕੋਈ ਇੱਕ رائے ਬਣੇ ਔਰ ਅਗਰ ਸੰਵਿਧਾਨ ਕਾਨੂੰਨ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਅਸੀਂ ਦੂਜੇ ਸੂਬਿਆਂ ਤੋਂ ਹੁਣ ਰਾਇਲਟੀ ਵਸੂਲ ਸਕਦੇ ਹਾਂ ਤੇ ਜ਼ਰੂਰ ਵਸੂਲਣੀ ਚਾਹੀਦੀ ਹੈ ਔਰ ਮੈਨੂੰ ਇਹ ਜ਼ਰੂਰ ਪਤਾ ਹੈ ਇਹ ਗੱਲ ਸਾਫ਼ ਹੈ ਗਗਨ ਕਿ ਪੰਜਾਬ ਦੇ ਨਾਲ ਪੰਜਾਬ ਦੇ ਪਾਣੀ ਇੱਕ ਨੋਟੀਫਿਕੇਸ਼ਨ ਨਾਲ ਵੰਡ ਦਿੱਤੇ ਗਏ ਸੀ ਜੀ ਉਸ ਵੇਲੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸਨ ਪੰਜਾਬ ਦੇ ਪਾਣੀਆਂ ਦੀ ਵੰਡ ਕਰ ਦਿੱਤੀ ਗਈ ਹਾਈਡਲ ਪਾਵਰ ਦੀ ਵੰਡ ਕਰ ਦਿੱਤੀ ਗਈ ਔਰ ਉਸ ਤੋਂ ਬਾਅਦ ਇਹ ਮਸਲਾ ਲੋਟ ਨਹੀਂ ਆਇਆ ਔਰ ਜਿਹੜਾ ਪਾਣੀ ਪੰਜਾਬ ਚੋਂ ਦੂਜੇ ਸੂਬਿਆਂ ਨੂੰ ਜਾ ਰਿਹਾ ਹੈ ਮੂਲ ਰੂਪ ਦੇ ਵਿੱਚ ਕਿਉਂਕਿ ਕੁਦਰਤੀ ਤੌਰ ਤੇ ਵਗ ਕੇ ਪੰਜਾਬ ਚ ਆ ਰਿਹਾ ਸੋ ਜਿਹੜਾ ਕੁਦਰਤੀ ਤੌਰ ਤੇ ਸਾਡੇ ਕੋਲੇ ਵਗ ਕੇ ਆ ਰਿਹਾ ਉਹ ਪੰਜਾਬ ਦਾ ਹੀ ਹੱਕ ਹੈ ਤੇ ਜਦੋਂ ਅਸੀਂ ਉਹ ਕੁਦਰਤੀ ਤੌਰ ਤੇ ਵਗ ਕੇ ਆ ਰਹੇ ਪਾਣੀ ਨੂੰ ਆਪ ਨਹਿਰਾਂ ਅਨੁਸਾਰ ਕਿਤੇ ਹੋਰ ਭੇਜ ਰਹੇ ਹਾਂ ਮੈਨੂੰ ਲੱਗਦਾ ਫਿਰ ਉਹ ਰਿਪੀਰੀਅਨ ਕਾਨੂੰਨ ਦੇ ਤਹਿਤ ਨਹੀਂ ਹੈ ਜੀ ਭਾਵ ਰਿਪੀਰੀਅਨ ਕਾਨੂੰਨ ਇਹ ਕਹਿੰਦਾ ਹੈ ਕਿ ਕੁਦਰਤੀ ਤੌਰ ਤੇ ਜਿਸ ਸੂਬੇ ਚ ਕੁਦਰਤੀ ਤੌਰ ਤੇ ਅਗਰ ਕੋਈ ਸਰੋਤ ਕਿਸੇ ਸੂਬੇ ਚ ਆਪਣੇ ਆਪ ਆਉਂਦਾ ਹੈ ਉਹਦੇ ਉੱਪਰ ਉਸੇ ਸੂਬੇ ਦਾ ਹੱਕ ਹੈ ਭਾਵ ਪਾਣੀ ਕੁਦਰਤੀ ਤੌਰ ਤੇ ਪਹਾੜਾਂ ਚੋਂ ਪੰਜਾਬ ਚ ਆਉਂਦਾ ਹੈ ਤੇ ਉਹ ਸਾਰੇ ਪਾਣੀ ਤੇ ਪੰਜਾਬ ਦਾ ਹੱਕ ਹੈ ਜਿਹੜਾ ਪਾਣੀ ਪੰਜਾਬ ਚ ਕੁਦਰਤੀ ਤੌਰ ਤੇ ਪੰਜਾਬ ਚੋਂ ਬਾਹਰ ਜਾ ਰਿਹਾ ਹੈ ਉਹਦੇ ਤੇ ਪੰਜਾਬ ਦਾ ਹੱਕ ਨਹੀਂ ਹੈ ਕਿਉਂਕਿ ਉਹ ਕੁਦਰਤੀ ਤੌਰ ਤੇ ਵਗ ਜਾਣਾ ਹੈ ਦੇਖੋ ਪਾਣੀਆਂ ਨੂੰ ਰੋਕਿਆ ਨਹੀਂ ਜਾ ਸਕਦਾ ਇੱਕ ਸੀਮਾ ਤੱਕ ਰੋਕਿਆ ਜਾ ਸਕਦਾ ਜਿਹੜਾ ਪਾਣੀ ਸਾਡੀ ਧਰਤੀ ਤੇ ਆ ਗਿਆ ਉਹ ਸਾਡਾ ਹੱਕ ਹੈ ਜਿਹੜਾ ਕੁਦਰਤੀ ਤੌਰ ਤੇ ਵਗ ਗਿਆ ਉਹ ਸਾਡਾ ਹੱਕ ਨਹੀਂ ਹੈ ਪਰ ਜਿਹੜਾ ਖਾਸ ਤੌਰ ਤੇ ਨਹਿਰਾਂ ਉਸਾਰ ਕੇ ਜਾਣਾ ਹੈ ਉਹਦੇ ਲਈ ਤਾਂ ਰਾਇਲਟੀ ਮਿਲਣੀ ਚਾਹੀਦੀ ਹੈ ਭਾਵੇਂ ਰਾਜਸਥਾਨ ਨੂੰ ਉਚੇਚੇ ਤੌਰ ਤੇ ਰਾਜਸਥਾਨ ਨੂੰ ਨਹਿਰ ਬਣਾਈ ਗਈ ਸਤਲੁਜ ਜਮਨਾ ਲਿੰਕ ਨਹਿਰ ਵੀ ਉਸੇ ਕੜੀ ਦੇ ਤਹਿਤ ਹੈ ਇਹਦੀ ਵੰਡ ਭਾਵੇਂ ਆਪਣੇ ਸਮੇਂ ਦੀਆਂ ਸਰਕਾਰਾਂ ਨੇ ਆਪਣੇ ਹਿਸਾਬ ਨਾਲ ਕਰਤੀ ਪਰ ਉਹ ਵੰਡ ਕਿਤੇ ਵੀ ਅਸੀਂ ਸੰਤੁਸ਼ਟ ਨਹੀਂ ਆ ਉਸ ਵੰਡ ਤੋਂ ਉਹ ਵੰਡ ਜਾਇਜ਼ ਨਹੀਂ ਸੀ ਉਹ ਵੰਡ ਰਾਜਨੀਤਿਕ ਵੰਡ ਸੀ ਉਹ ਪੰਜਾਬ ਦੇ ਹੱਕ ਨੂੰ ਦੇਖਦੇ ਹੋਏ ਵੰਡ ਨਹੀਂ ਕੀਤੀ ਗਈ ਸੀ ਸਮਝਦੇ ਤੇ ਸੋ ਪੰਜਾਬ ਚ ਜਿਹੜੀ ਪਾਣੀਆਂ ਦੀ ਉਹ ਵੰਡ ਹੋਈ ਗगन ਜੀ ਮੈਨੂੰ ਲੱਗਦਾ ਕਿ ਉਹ ਵੰਡ درست ਨਹੀਂ ਸੀ ਔਰ ਰਾਇਲਟੀ ਵਸੂਲਣ ਲਈ ਪੰਜਾਬ ਦੀਆਂ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਕੀ ਭਾਜਪਾ ਕੀ ਅਕਾਲੀ ਦਲ ਕੀ ਭਾਜਪਾ ਕੀ ਟਕਸਾਲੀ ਕੀ ਆਮ ਆਦਮੀ ਪਾਰਟੀ ਤੇ ਕੀ ਕਾਂਗਰਸ ਇਹਨਾਂ ਸਾਰਿਆਂ ਨੂੰ ਪੰਜਾਬ ਦੇ ਪਾਣੀਆਂ ਤੇ ਦੇਖੋ ਐਸਵਾਈਐਲ 'ਚ ਅਸੀਂ ਕੇ ਸਾਰੇ ਸੁਪਰੀਮ ਕੋਰਟ 'ਚ ਕੇ ਸਾਰੇ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਨੂੰ ਕਹਿਦਾ ਵੀ ਤੁਸੀਂ ਬਹਿ ਕੇ ਨਿਬੇੜ ਲਓ ਪਰ ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸਮੇਤ ਆਪ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਵੀ ਵਿੱਚੀ ਆ ਭਗਵੰਤ ਮਾਨ ਵੀ ਅੱਗੇ ਲੱਗਣ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਕੱਠੇ ਹੋ ਕੇ ਪੰਜਾਬ ਦੇ ਪਾਣੀਆਂ ਦੀ ਰਾਇਲਟੀ ਦੇ ਮਸਲੇ ਨੂੰ ਵਿਚਾਰਨਾ ਚਾਹੀਦਾ ਇਹਨਾਂ ਨੂੰ ਤੈਅ ਕਰਨਾ ਚਾਹੀਦਾ ਹੈ ਪੰਜਾਬ ਨੂੰ ਕਿ ਅਸੀਂ ਕੋਈ ਕਮਿਸ਼ਨ ਬਣਾ ਲਈਏ ਜਿਹੜਾ ਇਹ ਤੈਅ ਕਰ ਲੇ ਕਿ ਹੁਣ ਸਾਡੇ ਕੋਲੇ ਪਾਣੀ ਹੈ ਕਿੰਨਾ ਅਸੀਂ ਕੇਂਦਰ ਨੂੰ ਕਹੀ ਜਾਂਦੇ ਹਾਂ ਵੀ ਤੁਸੀਂ ਪਾਣੀਆਂ ਤੇ ਕਮਿਸ਼ਨ ਬਣਾਓ ਹਾਲਾਂਕਿ ਦੇਸ਼ 'ਚ ਹੁਣ ਕਮਿਸ਼ਨ ਬਣ ਗਏ ਜਿਹੜੇ ਪਾਣੀਆਂ ਦੇ ਮਸਲਿਆਂ ਨੂੰ ਦੇਖਣਗੇ ਪਰ ਸੂਬੇ ਵੱਲੋਂ ਸਾਡੀਆਂ ਪੋਲੀਟੀਕਲ ਪਾਰਟੀਆਂ ਵੱਲੋਂ ਆਪਣੇ ਤੌਰ ਤੇ ਕੋਸ਼ਿਸ਼ਾਂ ਨਹੀਂ ਹੋ ਰਹੀਆਂ ਸੋ ਬੈਸ ਉਹਨਾਂ ਨੇ ਜਿਹੜਾ ਇਹ ਮਾਰਚ ਸ਼ੁਰੂ ਕੀਤਾ ਹੈ ਪੰਜਾਬ ਦੇ ਪਾਣੀਆਂ ਦੀ ਰਿਐਲਿਟੀ ਦਿਵਾਉਣ ਲਈ ਔਰ ਜਿਹੜੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਖਿਲਾਫ ਇਹਦਾ ਇਹ ਬਿਲਕੁਲ ਇਹ ਲੋਕਤੰਤਰ ਚ ਇੱਕ ਲੋਕਤੰਤ੍ਰਿਕ ਤਰੀਕਾ ਮੈਂ ਇਹਦਾ ਸਮਰਥਨ ਕਰਦਾ ਜ਼ਰੂਰ ਇਹ ਮੰਗ ਹੋਣੀ ਚਾਹੀਦੀ ਹੈ ਲੋਕਾਂ ਚ ਜਾਗਰੂਕਤਾ ਜਾਣੀ ਚਾਹੀਦੀ ਹੈ ਅਸੀਂ ਪੰਜਾਬੀ ਆਪਣੇ ਕੁਦਰਤੀ ਹੱਕਾਂ ਦੇ ਪ੍ਰਤੀ ਹੋਰ ਸਜਗ ਹੋਈਏ ਸੋ ਸਿਮਰਜੀਤ ਬੈਂਸ ਉਹਨਾਂ ਦਾ ਇਹ ਉਪਰਾਲਾ ਜਿਹੜਾ ਹੈ ਠੀਕ ਹੈ ਇਹਨੂੰ ਅੱਗੇ ਵੀ ਲੈ ਕੇ ਜਾਣਾ ਔਰ ਬਾਕੀ ਪੋਲੀਟੀਕਲ ਪਾਰਟੀਆਂ ਨੂੰ ਵੀ ਉਹ ਮਿਲਣ ਜੀ ਡੱਲਾ ਜੀ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਤੀ 13 ਨਵੰਬਰ ਦੀ ਮੀਟਿੰਗ ਦੇ ਵਿੱਚੋਂ ਕੋਈ ਨਤੀਜਾ ਨਹੀਂ ਨਿਕਲਿਆ ਔਰ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਅਸੀਂ 26 ਤੇ 27 ਤਰੀਕ ਨੂੰ ਦਿੱਲੀ ਦਾ ਘਰਾਓ ਕਰਨਾ ਹੈ ਇਹ ਸ਼ਬਦ ਆਮ ਤੌਰ ਤੇ ਅੰਦੋਲਨ ਵਾਲੀ ਵਰਤਿਆ ਜਾਂਦਾ ਹੈ ਕਿ ਅਸੀਂ ਦਿੱਲੀ ਦਾ ਘਰਾਓ ਕਰਨਾ ਹੈ ਘਰਾਓ ਤੋਂ ਭਾਵ ਹੈ ਕਿ ਸਿਰਫ ਪੋਲਿਟਿਕਲ ਲੋਕਾਂ ਨੂੰ ਅਸੀਂ ਸਨੇਹਾ ਦੇਣਾ ਹੈ ਦਿੱਲੀ ਦੇ ਆਮ ਲੋਕਾਂ ਨੂੰ ਕੋਈ ਦਿੱਕਤ ਨਹੀਂ ਦੇਣੀ ਜੀ ਹੁਣ ਕਿਸਾਨ ਜਥੇਬੰਦੀਆਂ ਨੂੰ ਪਹਿਲਾਂ ਵੀ ਜਦੋਂ ਦਿੱਲੀ ਜਾਣ ਲੱਗੇ ਸੀ ਇਹਨਾਂ ਨੂੰ ਰੋਕ ਲਿਆ ਸੀ ਸ਼ੰਭੂ ਬਾਰਡਰ ਤੇ ਅੰਬਾਲਾ ਦੇ ਤੋਂ ਅੱਗੇ ਨਹੀਂ ਸੀ ਜਾਣ ਦਿੱਤਾ ਸ਼ੰਭੂ ਬਾਰਡਰ ਤੋਂ ਅੰਬਾਲੇ ਨਹੀਂ ਸੀ ਦਾਖਲ ਹੋਣ ਦਿੱਤਾ ਗਿਆ ਹੁਣ ਕਿਸਾਨ ਜਥੇਬੰਦੀਆਂ ਨੇ ਐਲਟੀਮੇਟਮ ਦਿੱਤੇ ਹੈ ਵੀ ਅਗਰ ਸਾਨੂੰ ਕਿਤੇ ਵੀ ਰੋਕਿਆ ਗਿਆ ਤੇ ਅਸੀਂ ਉੱਥੇ ਚੱਕਾ ਜਾਮ ਕਰ ਦੇਣਾ ਅਸੀਂ ਉੱਥੇ ਬੈਠ ਜਾਣਾ ਸੋ ਮੈਂ ਇਹ ਵੀ ਨਵੇਦਨ ਕਰਨਾ ਚਾਹਾਂਗਾ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਪਾਉਣ ਸੁਪਰੀਮ ਕੋਰਟ 'ਚ ਜਾਂ ਹਾਈ ਕੋਰਟ 'ਚ ਪਟੀਸ਼ਨ ਪਾ ਕੇ ਉਹ ਕਹਿਣ ਕਿ ਅਦਾਲਤਾਂ ਸਰਕਾਰਾਂ ਨੂੰ ਹੁਕਮ ਲਾਉਣ ਕਿ ਲੋਕਤਾਂਤ੍ਰਿਕ ਤਰੀਕੇ ਦੇ ਨਾਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਪ੍ਰੋਟੈਸਟ ਕਰਨਾ ਸਾਡਾ ਹੱਕ ਹੈ ਤੇ ਸੁਪਰੀਮ ਕੋਰਟ ਸਾਡੇ ਇਸ ਹੱਕ 'ਚ ਸਾਡਾ ਮਦਦ ਕਰੇ ਤਾਂ ਕਿ ਰਸਤਿਆਂ ਜਨਾਂ ਰੋਕਿਆ ਜਾਵੇ ਉਹ ਖੱਜਲ ਖਵਰੀ ਜਦੋਂ ਕਿਸਾਨਾਂ ਦੀ ਕਈ ਵਾਰੀ ਕੀ ਕਰਦੇ ਆ ਇਹ ਵੀ ਹੋ ਸਕਦਾ ਹੈ ਕਿ ਹਰਿਆਣੇ ਵਾਲੇ ਸੁਰੱਖਿਆ ਦਾ ਨਾਂ ਲੈ ਕੇ ਵੀ ਕੋਈ ਜਾਮ ਨਾ ਲੱਗ ਜਾਣ, ਦਿੱਕਤ ਨਾ ਹੋ ਜੇ ਉਹਨਾਂ ਨੂੰ ਸ਼ੰਭੂ ਬੈਰੀਅਰ ਤੋਂ ਪਾਰ ਹੀ ਨਾ ਜਾਣ ਦੇਣ। ਜੀ। ਅਜਿਹਿਆਂ ਰੋਕਾਂ ਨਾ ਲੱਗਣ ਕਿਉਂਕਿ ਅਗਰ ਅਜਿਹਿਆਂ ਰੋਕਾਂ ਲੱਗਦੀਆਂ ਨੇ ਤੇ ਫਿਰ ਕਿਸਾਨਾਂ 'ਚ ਹੋਰ ਰੋਹ ਪੈਂਦਾ ਹੈ, ਫਿਰ ਕਿਸਾਨ ਇਧਰਲੇ ਉਧਰਲੇ ਰਸਤਿਆਂ ਦੇ ਨਾਲ ਪਹੁੰਚਣਗੇ। ਫਿਰ ਇੱਕ ਧਰਨੇ ਪ੍ਰਦਰਸ਼ਨ ਆਮ ਲੋਕਾਂ ਦੀ ਦਿੱਕਤ ਵਾਲੇ ਵੀ ਉਹਦੇ ਨਾਲ ਬਣ ਜਾਂਦੇ ਆ ਕਿਉਂਕਿ ਸੜਕਾਂ ਜਾਮ ਹੋਣ ਲੱਗ ਜਾਂਦੀਆਂ ਨੇ। ਸੋ ਕਿਸਾਨਾਂ ਨੂੰ ਚਾਹੀਦਾ ਹੈ ਜਾਂ ਤਾਂ ਉਹ ਕੇਂਦਰ ਸਰਕਾਰ ਨੂੰ ਕੌਨਫੀਡੈਂਸ ਲੈਣ ਕਿ ਵੀ ਸਾਡੇ ਰਸਤੇ 'ਨਾਂ ਰੋਕੇ ਜਾਣ ਉਹਨਾਂ ਨੇ ਇਲਾਹ ਨਹੀਂ ਕਰਤਾ ਵੀ ਜੇ ਸਾਡਾ ਕਿਤੇ ਰਸਤਾ ਰੋਕਿਆ ਤਾਂ ਅਸੀਂ ਉੱਥੇ ਹੀ ਬਹਿ ਜਾਾਂਗੇ ਜੀ ਉਹ ਜੇ ਹਾਈ ਕੋਰਟ 'ਚ ਵੀ ਜਾ ਸਕਦੇ ਆ ਕਿ ਕੇਂਦਰ ਸਰਕਾਰ ਨੂੰ ਹਦਾਇਤ ਕਰੋ ਕਿ ਸਾਨੂੰ ਕਿਤੇ ਵੀ ਨਾ ਰੋਕਿਆ ਜਾਵੇ ਅਸੀਂ ਆਪਣਾ ਸ਼ਾਂਤੀਪੂਰਵਕ ਪ੍ਰੋਟੈਸਟ ਕਰਨਾ ਹੈ ਜੀ ਬਾਕੀ ਕਿਸਾਨ ਬੜੇ ਸਿਆਣੇ ਨੇ ਸਾਰੇ ਇਹਨਾਂ ਦਾ ਅੰਦੋਲਨ ਅੱਜ ਤੱਕ ਸ਼ਾਂਤੀਪੂਰਵਕ ਰਹਿ ਆਸ ਕਰਾਂਗੇ ਇਸੇ ਤਰ੍ਹਾਂ ਸ਼ਾਂਤੀਪੂਰਵਕ ਅੰਦੋਲਨ ਚੱਲੂਗਾ ਔਰ ਜ਼ਰੂਰ ਕੇਂਦਰ ਦੀ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਗੋਹ ਨਾਲ ਵਿਚਾਰਨੀਆਂ ਪੈਣਗੀਆਂ ਸੁਣਨੀਆਂ ਪੈਣਗੀਆਂ ਕਿਉਂਕਿ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਮਾੜੀ ਹੈ ਜੀ ਡੱਲਾ ਜੀ ਇੱਥੇ ਸਵਾਲ ਇਹ ਵੀ ਬਹੁਤ ਵੱਡਾ ਖੜਾ ਹੁੰਦਾ ਹੈ ਕਿ ਕਿਸਾਨ ਜਿਥੇ ਬੰਦੀਆਂ ਸਿਰਫ ਪੰਜਾਬ ਚੋਂ ਨਹੀਂ ਪੂਰੇ ਭਾਰਤ ਚੋਂ ਜਾਣੀਆਂ ਨੇ ਜਿਹੜੇ ਪੂਰੇ ਭਾਰਤ ਚੋਂ ਜਾਣੀ ਬਿਲਕੁਲ ਠੀਕ ਹੈ ਦੇਖੋ ਇਹ ਮੈਂ ਇਸ਼ੀ ਕਰਕੇ ਕਹਿ ਰਿਹਾ ਕਿ ਉਹ 26 27 ਦਾ ਪੂਰੇ ਭਾਰਤ ਦਾ ਜਿਹੜਾ ਹੈਗਾ ਉਹ ਦਿੱਲੀ ਚੱਲਣ ਦਾ ਪ੍ਰੋਗਰਾਮ ਹੈ ਸੋ ਅਗਰ ਸੂਬਿਆਂ ਦੀਆਂ ਸਰਕਾਰਾਂ ਨੇ ਆਪਣੇ ਆਪਣੇ ਸੂਬਿਆਂ ਚ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਫਿਰ ਚੱਕਾ ਜਾਮ ਵਾਲੀ ਪੋਜੀਸ਼ਨ ਹੈ ਜਿਹੜੀ ਉਹ ਮੁਲਕ ਦੇ ਵੱਖ-ਵੱਖ ਸਟੇਟ ਹਾਈਵੇ ਇਹ ਆ ਕੌਮੀ ਜਿਹੜੇ ਸ਼ਾਹ ਰਾਹ ਨੇ ਉਹਨਾਂ ਦੇ ਉੱਤੇ ਬਣ ਸਕਦਾ ਹੈ ਸੋ ਜਿਹੜੇ ਕੌਮੀ ਮਾਰਗ ਨੇ ਸਾਡੇ ਉਹਨਾਂ ਤੇ ਕਿਤੇ ਡਿੱਕਾਂ ਨਾ ਆਵੇ ਟ੍ਰੈਫਿਕ ਜਮ ਨਾ ਹੋਵੇ ਇਸ ਕਰਕੇ ਕੇਂਦਰ ਸਰਕਾਰ ਨੂੰ ਵੀ ਬਹੁਤ ਧਿਆਨ ਦੇ ਨਾਲ ਉਸ ਦਿਨ ਪ੍ਰਬੰਧ ਕਰਨੇ ਪੈਣੇ ਆ ਕਿਉਂਕਿ ਕਿਸਾਨ 26 27 ਨਵੰਬਰ ਨੂੰ ਜਦੋਂ ਪੂਰੇ ਦੇਸ਼ ਚੋਂ ਦਿੱਲੀ ਲਈ ਚੱਲਣਗੇ ਤੇ ਨਿਸ਼ਚਿਤ ਤੌਰ ਤੇ ਉਹਨਾਂ ਦਾ ਕਾਫਲਾ ਬਹੁਤ ਵੱਡਾ ਹੋਊਗਾ ਅੰਦੋਲਨ ਬਹੁਤ ਵੱਡਾ ਹੋਊਗਾ ਸਰਕਾਰ ਨੂੰ ਯੋਜਨਾ ਲੇਖਣੀ ਪੈਣੀ ਹੈ ਤਾਂ ਕਿ ਕਿਸਾਨਾਂ ਦਾ ਅੰਦੋਲਨ ਜਿਹੜਾ ਉਹ ਬਿਨਾਂ ਕਿਸੇ ਰੁਕਾਵਟਾਂ ਦੇ ਨੇਪਰੇ ਚੜੇ ਜੀ اور ਇਕੋ ਹੀ ਸਭ ਤੋਂ ਵੱਡਾ ਹੱਲ ਤੇ ਚੰਗਾ ਹੱਲ ਇਹੀ ਹੈ ਕਿ ਕੇਂਦਰ ਦੀ ਸਰਕਾਰ ਕਿਸਾਨਾਂ ਨੂੰ ਸੱਦਾ ਮਾਰੇ ਕਿ ਤੁਸੀਂ ਦੂਸਰਾ ਅੰਦੋਲਨ ਨਾ ਕਰੋ ਅਸੀਂ ਦੂਜੇ ਗੇੜ ਦੀ ਗੱਲਬਾਤ ਕਰਦੇ ਹਾਂ ਕਿਉਂਕਿ ਅਗਰ ਦੇਖੋ 26 27 ਤਰੀਕ ਨੂੰ ਹਜੇ ਬਹੁਤ ਦਿਨ ਪਏ ਨਹੀਂ ਹਜੇ ਅਸੀਂ 17 ਨਵੰਬਰ ਚ ਆਏ ਹਾਂ ਜੀ ਭਾਵ ਹਜੇ ਘੱਟੋ ਘੱਟ 9 ਦਿਨ ਪਏ ਨੇ ਕੇਂਦਰ ਸਰਕਾਰ ਅਗਰ ਇਹਨਾਂ 9 ਦਿਨਾਂ ਦੇ ਵਿੱਚ ਦੋ ਤਿੰਨ ਗੇੜ ਦੀ ਗੱਲਬਾਤ ਕਿਸਾਨਾਂ ਨਾਲ ਕਰਕੇ ਕਿਸੇ ਸਹਿਮਤੀ ਵਾਲੇ ਪਾਸੇ ਤੁਰਦੀ ਹੈ ਫਿਰ 26 ਤੇ 27 ਨਵੰਬਰ ਦਾ ਜਿਹੜਾ ਤਰਨਾ ਹੈ ਉਸ ਤੋਂ ਬਿਨਾ ਵੀ ਕਿਸਾਨਾਂ ਦਾ ਮਸਲਾ ਹੱਲ ਹੋ ਸਕਦਾ ਪਰ ਇਹ ਹੁਣ ਸਰਕਾਰ ਨੇ ਸੋਚਣਾ ਸੋ ਇਹ ਪੰਜਾਬ ਦੀਆਂ ਖਾਸ ਖਬਰਾਂ ਸੀ ਜਿਨ੍ਹਾਂ ਤੇ ਉੱਤੇ ਗੱਲਬਾਤ ਕੀਤੀ ਹੈ ਕਿਉਂਕਿ ਇਹਨਾਂ ਖਬਰਾਂ ਦੇ ਉੱਤੇ ਜ਼ਰੂਰੀ ਸੀ ਚਰਚਾ ਕਰਨੀ ਕੱਲ ਦੇ ਪ੍ਰੋਗਰਾਮ ਤੇ ਵਿੱਚ ਫਿਰ ਹਾਜ਼ਰ ਹੋ ਹੁੰਨੇ ਆ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਤਦ ਤੱਕ ਲਈ ਸਾਨੂੰ ਦੀ ਇਜਾਜ਼ਤ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ ਬਹੁਤ